ਮੰਮੀ ਹੋ ਗਈ ਰੋਟੀ ਪੈਕ ਮੇਰੀ? ਹੋ ਗਈ ਆ। ਲਿਆ ਫਿਰ, ਮੈਂ ਲੇਟ ਹੋਣ ਡਿਆ ਵਾਂ। ਆ ਗਈ। ਲਿਆ ਮੰਮੀ, ਕੀ ਪੈਕ ਕੀਤਾ ਜੀ? ਉਹੋ ਜਿਹਾ ਸਵੇਰੇ ਖਾਧੀ ਸੀ ਦਾਲ ਮੂੰਗੀ ਮਸਰਾਂ ਦੀ, ਉਹੀ ਪੈਕ ਕਰਤੀ ਮੈਂ, ਨਾਲ ਰੋਟੀ ਆ। ਜਦੋਂ ਸੰਦੀਪ ਹੁੰਦੀ ਸੀ ਨਾ ਮੰਮੀ, ਤੇ ਦਾਲ ਨਾਲ ਚੌਲ ਚੂਲ ਨਾਲ ਸਲਾਦ ਕਈ ਕੁਛ ਪਾ ਕੇ ਦਿੰਦੀ ਸੀ ਉਹ। ਵੇ ਮਾਂ ਦੀਆਂ ਖਾ ਕੇ ਏਡਾ ਹੋਇਆ ਆ, ਹੁਣ ਤੈਨੂੰ ਘਰ ਵੱਲ ਦੇ ਚੇਤੇ ਆਈ ਜਾਂਦੇ ਆ। ਉਹ ਮੰਮੀ ਗੱਲ ਉਹ ਨਹੀਂ ਆ, ਮੈਂ ਤਾਂ ਉੱਦਾਂ ਹੀ ਗੱਲ ਕਰਤੀ ਵੀ ਵਧੀਆ ਟਿਫਨ ਪੈਕ ਕਰਦੀ ਹੁੰਦੀ ਸੀ। ਚੰਗਾ ਮੈਂ ਚੱਲਿਆ ਫਿਰ। ਚੰਗਾ, ਟਿਫਨ ਬੈਗ 'ਚ ਹੀ ਪਾ ਲੈਣਾ। ਮੈਂ ਚਾਹ ਪੀ ਕੇ ਨਾ ਗੁਰਮੀਤ ਕੋਲ ਹੋ ਕੇ ਆਉਣਾ। ਤੇ ਗੁਰਮੀਤ ਭਾਅ ਜੀ ਕੋਲ ਤੁਸੀਂ ਕੀ ਲੈਣ ਜਾਣਾ ਹੁਣ? ਕੀ ਕਹਿਣਾ ਉਹਨਾਂ ਨੂੰ? ਉਹ ਵਕੀਲ ਜੂ ਆ, ਉਹਦੇ ਕੋਲ ਸਲਾਹ ਲੈ ਕੇ ਆਉਣਾ ਵਾ। ਮੈਂ ਤਾਂ ਕਹਿੰਦਾ ਇਹਨਾਂ 'ਤੇ ਕੇਸ ਹੀ ਕਰ ਦਈਏ, ਇੱਦਾਂ ਨਹੀਂ ਇਹਨਾਂ ਕਾਬੂ ਆਉਣਾ। ਕੇਸ ਕਦ ਲਈ ਕਰਨਾ ਵਾ? ਅੱਗੇ ਪੂਜਾ ਨੇ ਜੱਬ ਪਾਇਆ ਵਾ, ਉਹ ਰਿਪੋਰਟ ਲਿਖਾਈ, ਉਹਦਾ ਕੁਛ ਪਤਾ ਲੱਗਾ ਅਜੇ ਤੱਕ? ਮੁੜ ਕੇ ਇਹਦਾ ਕੇਸ ਕਰ ਦਾਂਗੇ, ਅਤੇ ਨਾਲੇ ਕੁੜੀ ਉੱਥੇ ਤੁਰੀ ਫਿਰੂਗੀ, ਲੈ ਕੇ ਉਹਨੂੰ ਤੁਰੇ ਫਿਰਾਂਗੇ ਤਾਂ ਕੀ ਕਰਨਾ ਫਿਰ? ਕੋਈ ਗੱਲ ਨਹੀਂ, ਥੋੜ੍ਹੇ ਦਿਨ ਵੇਖ ਲੈਂਦੇ ਹਾਂ ਵੀ ਆ ਜਾਣਗੇ ਲੈਣ ਤਾਂ ਠੀਕ ਆ, ਨਾ ਆਉਣਗੇ ਤਾਂ ਫਿਰ ਵੇਖ ਲਾਂਗੇ ਕੀ ਕਰਨਾ। ਵੇਖਣਾ ਕੀ ਆ, ਉਹਨਾਂ ਨੂੰ ਸਗੋਂ ਚਾਹੀਦਾ ਸੀ ਦੋ ਚਾਰ ਸਿਆਣੇ ਬੰਦੇ ਨਾਲ ਲੈ ਕੇ, ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਆਉਂਦੇ, ਫਿਰ ਕੁੜੀ ਨੂੰ ਨਾਲ ਲੈ ਕੇ ਜਾਂਦੇ। ਸਾਨੂੰ ਵੀ ਪਤਾ ਲੱਗਦਾ ਵੀ ਇਹਨਾਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਵਾ। ਮੈਂ ਤਾਂ ਕਹਿੰਦਾ ਕਰ ਦਈਏ ਕੇਸ, ਨਾਲੇ ਕੁੜੀ ਦੀ ਕਿਹੜੀ ਇੰਨੀ ਉਮਰ ਹੋ ਗਈ ਆ, ਪੜ੍ਹੀ ਲਿਖੀ ਸਾਡੀ ਕੁੜੀ ਆ। ਉਹ ਰਹਿਣ ਦਿਓ ਤੁਸੀਂ, ਕੇਸ ਕੇਸ ਕਰਨੇ ਸੌਖੇ ਨਹੀਂ ਆ, ਬੜੇ ਲੰਬੇ ਕੰਮ ਪੈ ਜਾਂਦੇ ਆ ਫਿਰ। ਕੋਈ ਗੱਲ ਨਹੀਂ, ਥੋੜ੍ਹੇ ਦਿਨ ਵੇਖ ਲੈਂਦੇ ਹਾਂ ਵੀ ਆ ਜਾਣਗੇ ਲੈਣ ਤਾਂ ਠੀਕ ਆ, ਨਾ ਆਉਣਗੇ ਤਾਂ ਫਿਰ ਵੇਖ ਲਾਂਗੇ ਕੀ ਕਰਨਾ। ਚੱਲ ਠੀਕ ਆ, ਤੂੰ ਜ਼ਿਆਦਾ ਕਹਿੰਦੀ ਹੈ, ਵੇਖ ਲੈਂਦੇ ਥੋੜ੍ਹੇ ਦਿਨ। ਪ੍ਰਿੰਟਰ ਨਹੀਂ ਚੱਲਣ ਡਿਆ, ਇਹਨੂੰ ਕੀ ਹੋ ਗਿਆ? ਪਤਾ ਨਹੀਂ ਯਾਰ, ਕੱਲ੍ਹ ਸੁਮੀ 'ਤੇ ਰਿਹਾ ਸੀ ਪ੍ਰਿੰਟ ਆਊਟ ਕੱਢਣ। ਉਹ ਯਾਰ ਮੈਂ ਜਾਣਾ ਸੀ, ਉਹ ਸਰ ਨੇ ਮੈਨੂੰ ਫਿਰ ਅੱਜ ਅੰਮ੍ਰਿਤਸਰ ਭੇਜਤਾ ਆ। ਅੱਛਾ, ਮੈਂ ਬਿੱਲ ਜਿਹਾ ਕੱਢਣਾ ਹੈਗਾ ਇੱਕ ਕਸਟਮਰ ਦਾ, ਅਤੇ ਸੁਮੀਤ ਆਇਆ ਨਹੀਂ ਅੱਜ? ਨਾ ਯਾਰ, ਉਹ ਤਾਂ ਤਰੀਕ 'ਤੇ ਗਿਆ ਸੀ। ਤਰੀਕ 'ਤੇ ਕੀ ਗੱਲ, ਉਹਦਾ ਕੋਈ ਪੈਲੀ ਬੰਨੇ ਦਾ ਚੱਲਣ ਡਿਆ ਕੇਸ? ਨਹੀਂ ਨਹੀਂ, ਪੈਲੀ ਬੰਨੇ ਦਾ ਤਾਂ ਨਹੀਂ ਆ, ਉਹਦੇ ਤਲਾਕ ਦਾ ਕੇਸ ਚੱਲਣ ਡਿਆ ਵਾ। ਅੱਛਾ, ਤਲਾਕ ਦਾ ਕੇਸ? ਆਹੋ, ਉਹਦਾ ਤਾਂ ਤਲਾਕ ਦਾ ਕੇਸ ਚੱਲਦੇ ਨੂੰ 3 ਸਾਲ ਹੋ ਗਏ ਆ, ਅਤੇ ਦੋਈ 3 ਮਹੀਨੇ ਉਹਨੂੰ ਤਰੀਕੇ ਵੀ ਜਾਣਾ ਪੈਂਦਾ ਵਾ। ਉਹ ਤਾਂ ਚੰਗਾ ਕਸੂਤਾ ਫਸਿਆ ਵਾ, ਅਤੇ ਨਾ ਵਿਚਾਰਾ ਹੁਣ ਉਹ ਵਿਆਹ ਕਰਵਾਉਣ ਜੋਗਾ ਜਦੋਂ ਤੱਕ ਕੋਰਟ ਦਾ ਕੋਈ ਫੈਸਲਾ ਨਹੀਂ ਆਉਂਦਾ। ਯਾਰ ਬੜੇ ਲੰਬੇ ਚੱਲਦੇ ਤਲਾਕ ਦੇ ਕੇਸ, ਮੈਂ ਤਾਂ ਸੋਚਿਆ ਇਹ ਛੇਤੀ ਛੇਤੀ ਹੋ ਜਾਂਦਾ। ਉਹ ਭਰਾਵਾ ਕੁਛ ਨਾ ਪੁੱਛ, ਸਾਡੇ ਗੁਆਂਢ ਵੀ ਚੱਲਣ ਡਿਆ ਸੀ ਇੱਕ ਕੇਸ, ਉਹਨੂੰ ਵੀ ਮੇਰਾ ਖਿਆਲ 9-10 ਸਾਲ ਹੋ ਗਏ ਆ, ਅਜੇ ਤੱਕ ਨਹੀਂ ਕੁਛ ਵੀ ਨਿਬੜਿਆ ਉਹਦਾ, ਨਾ ਹੁਣ ਵਿਚਾਰਾ ਉਹਨਾਂ ਚਿਰ ਤੱਕ ਵਿਆਹ ਕਰਵਾਉਣ ਜੋਗਾ ਜਦੋਂ ਤੱਕ ਕੋਰਟ ਦਾ ਫੈਸਲਾ ਨਹੀਂ ਹੁੰਦਾ। ਉਹਦੀ ਤਾਂ ਭਰਾਵਾ ਵਿਆਹ ਦੀ ਉਮਰ ਵੀ ਲੰਘ ਗਈ ਆ। ਚੱਲ ਠੀਕ ਆ, ਅਸੀਂ ਕੀ ਲੈਣਾ ਯਾਰ ਕਿਸੇ ਤੋਂ? ਉਹੀ ਨਾ, ਮੈਂ ਇਹਨੂੰ ਵੇਖਾਂ ਸਰ ਦਾ ਫਿਰ ਫੋਨ ਆ ਜਾਣਾ। ਉਹ ਲੈ, ਪਿੱਛੋਂ ਹੀ ਬਟਨ ਔਨ ਨਹੀਂ ਕੀਤਾ। ਚੱਲ ਗਿਆ ਵਾ? ਚੱਲ ਗਿਆ, ਚੱਲ ਗਿਆ। ਲੈ ਯਾਰ, ਇੱਧਰੋਂ ਮੇਰਾ ਬੰਦ ਹੋ ਗਿਆ ਜੀ, ਤੂੰ ਤਾਂ ਨਹੀਂ ਕੋਈ ਤਾਰ ਤੂਰ ਹਿਲਾਤੀ? ਉਹ ਯਾਰ ਪਤਾ ਨਹੀਂ, ਮੈਨੂੰ ਪ੍ਰਿੰਟ ਕੱਢ ਲਿਆਂਦੇ ਬਸ ਹੁਣ ਇੱਕ। ਓਹੋ, ਬਾਅਦ 'ਚ ਕੱਢਦਾ ਰਹੀ ਤੂੰ, ਮੈਂ ਜਾਵਾਂ ਬਸ।
ਵੇਖ ਲਾ ਤੂੰ ਚੰਗਾ, ਮੈਂ ਚੱਲਿਆ ਜੀ। ਚੱਲ ਠੀਕ, ਸਰ ਨੇ ਫਿਰ ਕਹਿਣਾ ਮੈਨੂੰ। ਠੀਕ ਆ ਠੀਕ। ਯਾਰ ਤਲਾਕ ਦੇ ਕੇਸ ਇੰਨੇ ਲੰਬੇ ਚੱਲਦੇ ਆ। ਉਧਰੋਂ ਮੰਮੀ ਕਹਿਣ ਡੀ ਆ ਵੀ ਸੰਦੀਪ ਨੇ ਵੀ ਸਾਰਾ ਕੁਛ ਦੱਸਤਾ ਆਪਣੇ ਘਰ। ਜੇ ਕਿਤੇ ਸੰਦੀਪ ਹੁਣਾਂ ਨੇ ਵੀ ਮੇਰੇ 'ਤੇ ਕੇਸ ਕਰਤਾ, ਮੈਂ ਤਾਂ ਕਿਸੇ ਪਾਸੇ ਜੋਗਾ ਨਹੀਂ ਰਹਿਣਾ। ਨਾ ਮੇਰਾ ਵਿਆਹ ਹੋਣਾ ਮੁੜ ਕੇ, ਅਤੇ ਪੈਸੇ ਵੀ ਤਾਂ ਲੱਗਦੇ ਹੀ ਹੋਣੇ ਆ। ਕੇਸ ਕਿਹੜੇ ਸੌਖੇ ਨਿਬੜ ਜਾਂਦੇ ਆ। ਸੰਦੀਪ ਨੂੰ ਲੈ ਹੀ ਆਉਣਾ ਆ, ਉਹ ਨਾ ਹੋਏ ਕਿ ਮੈਂ ਵੀ ਸੁਮਿਤ ਵਾਂਗੂ ਫਸਿਆ ਰਵਾਂ ਮੁੜ ਕੇ 4-5 ਸਾਲ। ਆਹੋ ਮੇਰਾ ਤਾਂ ਪਿਓ ਵੀ ਨਹੀਂ ਹੈਗਾ ਸਿਰ 'ਤੇ। ਅੱਜ ਛੇਤੀ ਆ ਗਿਆ ਤੂੰ। ਉਹ ਮੰਮੀ ਸਰ ਨੇ ਮੈਨੂੰ ਨਾ ਅੱਜ ਅੰਮ੍ਰਿਤਸਰ ਭੇਜਿਆ ਸੀਗਾ ਕਿਸੇ ਦਾ ਬਿੱਲ ਜਿਹਾ ਫੜਾਉਣਾ ਸੀ ਕਿਸੇ ਕਸਟਮਰ ਦਾ। ਅੱਛਾ, ਅਤੇ ਉੱਥੋਂ ਫਿਰ ਮੈਂ ਸਿੱਧਾ ਘਰ ਨੂੰ ਆ ਗਿਆ। ਚੱਲ ਠੀਕ ਆ, ਚੰਗਾ ਹੋਇਆ। ਅਤੇ ਨਾਲੇ ਮੰਮੀ ਮੈਂ ਕਹਿਣ ਡਿਆ ਵੀ ਸੰਦੀਪ ਨੂੰ ਲੈ ਆਈ ਆਉਂਦੇ ਹਾਂ। ਅੱਜ ਤੈਨੂੰ ਕਿੱਥੋਂ ਚਾਅ ਚੜ ਗਿਆ ਸੰਦੀਪ ਦਾ? ਉਹਦਾ ਤਾਂ ਤੂੰ ਕਿਤੇ ਬੁੜਕ ਬੁੜਕ ਪੈਂਦਾ ਆ ਜਦੋਂ ਮੈਂ ਤੈਨੂੰ ਕਿਤੇ ਨਾ ਲੈ ਲਾ। ਮੰਮੀ ਮੈਂ ਇਹ ਸੋਚਣ ਡਿਆ ਹਾਂ, ਅੱਗੇ ਕੰਮ ਖਰਾਬ ਹੋਇਆ ਪਿਆ ਵਾ, ਅਤੇ ਜੇ ਕਿਤੇ ਉਹਨਾਂ ਨੇ ਕੇਸ ਕਰਤਾ ਤਾਂ ਕੌਣ ਤਰੀਕਾ ਭੁਗਤਣ ਜਾਂਦਾ ਰਹੂਗਾ। ਆਹੋ, ਇਹ ਤਾਂ ਗੱਲ ਤੇਰੀ ਸਹੀ ਆ ਮੰਮੀ। ਇੱਕ ਤਾਂ ਵਕੀਲਾਂ ਨੇ ਸਾਡੇ ਕੋਲ ਪੈਸੇ ਠੱਗਣੇ, ਇੱਕ ਪੁਲਿਸ ਵਾਲੇ ਨੇ ਪੈਸੇ ਠੱਗਣੇ। ਇਹੋ ਤਾਂ ਤੈਨੂੰ ਮੈਂ ਸਮਝਾਉਂਦੀ ਹਾਂ, ਪਰ ਤੂੰ ਕਿੱਥੇ ਮੇਰੀ ਸੁਣਦਾ ਸੀ? ਤਾਂ ਹੀ ਤਾਂ ਮੈਂ ਨਹੀਂ ਵੀ ਮੁੰਡਿਆ ਜਾ ਕੇ ਤੈਨੂੰ ਲੈ ਆਈਏ। ਸਵੇਰੇ ਜਾ ਕੇ ਤਾਂ ਲੈ ਆਉਂਦੇ ਹਾਂ ਮੰਮੀ, ਬਾਕੀ ਗੱਲਾਂ ਬਾਅਦ 'ਚੋਂ ਕਰਦੇ ਰਵਾਂਗੇ। ਉਹਨੂੰ ਘਰ 'ਤੇ ਲੈ ਕੇ ਆਈਏ ਪਹਿਲਾਂ। ਅਤੇ ਸਵੇਰੇ ਫਿਰ ਛੁੱਟੀ ਕਰੇਗਾ? ਉਹ ਛੁੱਟੀ ਦੀ ਕੋਈ ਗੱਲ ਨਹੀਂ, ਛੁੱਟੀ ਮੈਂ ਬਹੁਤ ਉੱਥੇ ਸਰਕਾਰੀ ਨੌਕਰੀ 'ਤੇ ਲੱਗਾ ਹਾਂ, ਫੋਨ ਕਰ ਦੂੰਗਾ ਉੱਥੇ। ਚੱਲ ਠੀਕ ਆ। ਮੈਂ ਕਹਿਣਾ ਫਿਰ ਉੱਥੇ ਫੋਨ ਫਾਨ ਹੀ ਕਰ ਦੇਣਾ ਸੀਗਾ ਕਿ ਅਸੀਂ ਕੱਲ੍ਹ ਨੂੰ ਆਉਣਾ ਆ। ਵੇ ਮੈਂ ਨਹੀਂ ਫੋਨ ਕਰਨਾ ਉਹਨਾਂ ਨੂੰ, ਤੂੰ ਆਪੇ ਕਰ ਲਾ। ਮੰਮੀ ਫੋਨ ਕਰਨ ਨਾਲ ਕੀ ਹੋ ਜਾਣਾ ਵਾ? ਕਰ ਲਾ ਬਸ, ਇਹਨਾਂ ਦੱਸਣਾ ਵੀ ਅਸੀਂ ਕੱਲ੍ਹ ਨੂੰ ਆਉਣ ਲੱਗੇ ਹਾਂ। ਨਹੀਂ ਨਹੀਂ, ਉਹਦੇ ਪਿਓ ਨੇ ਉੱਦਣ ਮੇਰੀ ਥੋੜ੍ਹੀ ਬੇਇੱਜ਼ਤੀ ਕਿਤੇ ਕੀਤੀ ਆ, ਥੋੜ੍ਹੀਆਂ ਗੱਲਾਂ ਕਿਤੇ ਸੁਣਾਈਆਂ ਆ। ਮੈਂ ਤਾਂ ਕਦੀ ਨਾ ਇਹਨਾਂ ਨੂੰ ਫੋਨ ਕਰਾਂ, ਤੂੰ ਆਪੇ ਕਰਕੇ ਅਤੇ ਦੱਸ ਦੇ ਫੋਨ 'ਤੇ ਵੀ ਅਸੀਂ ਆਉਣਾ ਸਵੇਰੇ। ਨਹੀਂ ਹੁਣ ਕੀ ਹੋ ਗਿਆ, ਹੁਣ ਕਿਉਂ ਚੁੱਪ ਕਰਕੇ ਤਾਂ ਬਹਿ ਗਿਆ ਆ? ਮੰਮੀ ਮੇਰਾ ਨਹੀਂ ਉਹ ਜੀ ਕਰਦਾ ਫੋਨ ਕਰਨ ਦਾ, ਮੈਂ ਬੰਦਾ ਆ ਅਤੇ ਬੰਦਾ ਹੋ ਕੇ ਮੈਂ ਬੁੱਢੀ ਦੇ ਥੱਲੇ ਲੱਗਾਂ, ਮੇਰੀ ਕੀ ਇੱਜ਼ਤ ਰਹੂਗੀ? ਕਾਕਾ ਇੱਜ਼ਤ ਬਾਰੇ ਨਾ ਸੋਚ, ਸਿਆਣੇ ਆਉਂਦੇ ਹੁੰਦੇ ਘੜੀ ਦੀ ਸ਼ਰਮਿੰਦਗੀ ਅਤੇ ਸਾਰੀ ਉਮਰ ਦਾ ਸੋਖ। ਮੁੜ ਕੇ ਕੋਰਟ ਕਚਹਿਰੀਆਂ ਵਿੱਚ ਨਾ ਭੁਗਤਣਾ ਬੜਾ ਔਖਾ ਹੀ ਹੋ। ਆਹੋ ਉਹ ਤਾਂ ਹੈ ਹੀ ਆ। ਚੱਲ ਕਰਦਾ ਫੋਨ ਮੈਂ। ਕਰ ਲਾ ਕਰ ਲਾ, ਉਹਨੇ ਫੋਨ ਦੇ ਵਿੱਚੋਂ ਦੀ ਖਾ ਥੋੜ੍ਹੀ ਜਾਣਾ ਤੈਨੂੰ।
ਆ ਗਿਆ ਜੇ ਤਾਂ ਫੋਨ ਕਰਨ ਦਾ ਇਹਨਾਂ ਨੂੰ। ਚੁੱਕਣ ਡਈ? ਜੇ ਨਹੀਂ ਚੁੱਕਦੀ ਤਾਂ ਫੇਰ ਲਾ ਲਾ, ਕੀ ਪਤਾ ਕਿਤੇ ਇੱਧਰ ਉੱਧਰ ਹੋਵੇ। ਹੈਲੋ। ਹਾਂਜੀ। ਉਹ ਮੰਮੀ ਆਏ ਸੀ ਨਾ ਉਦਣ, ਤੇ ਸਵੇਰੇ ਅਸੀਂ ਲੈਣ ਆਉਣ ਲੱਗੇ ਫਿਰ ਤੈਨੂੰ। ਠੀਕ ਆ ਠੀਕ ਆ। ਕੀ ਕਹਿੰਦੀ? ਕੁਛ ਨੀ ਕਹਿੰਦੀ, ਆ ਜਾਓ। ਲੈ ਇੰਨੀ ਕੀ ਗੱਲ ਸੀ ਨਾ, ਐਵੇਂ ਤੂੰ ਡਰੀ ਜਾਣ ਡਿਆ ਸੀ। ਰੋਟੀ ਲਿਆਵਾਂ? ਆਹੋ ਲੈ ਆ। ਸਵੇਰੇ ਹੁਣ ਉੱਥੇ ਜਾਣਾ ਪੈਣਾ ਹੈ। ਮੰਮੀ ਜੀ, ਤਜਿੰਦਰ ਦਾ ਨਾ ਫੋਨ ਆਇਆ ਸੀ। ਆ ਗਿਆ ਉਹਨੂੰ ਚੇਤਾ ਹੁਣ ਫੋਨ ਕਰਨ ਦਾ? ਕੀ ਕਹਿੰਦਾ ਵਾ? ਕਹਿਣਾ ਕੀ ਕਹਿੰਦਾ ਸੀ? ਕੱਲ੍ਹ ਲੈਣ ਆਵਾਂਗੇ। ਚੱਲ ਕੋਈ ਨਹੀਂ, ਆ ਲੈਣ ਦੇ। ਮਾਂ ਨੇ ਦੱਸਿਆ ਹੋਣਾ ਜਾ ਕੇ ਸਾਰਾ ਕੁਝ, ਤਾਂ ਫਿਰ ਕਰਨਾ ਹੀ ਆ ਫੋਨ। ਆਹੋ ਤੇ ਮਾਂ ਨੇ ਫਿਰ ਦੱਸਣਾ ਸੀ ਜਾ ਕੇ, ਜਦੋਂ ਭੇਜੀ ਨਹੀਂ ਉਹਦੇ ਨਾਲ, ਤੇ ਮਾਂ ਤੇ ਇਕੱਲੀ ਪ੍ਰਧਾਨ ਬਣ ਕੇ ਆ ਗਈ ਵੀ ਮੈਂ ਲੈ ਨਹੀਂ ਜਾ ਕੇ। ਕੋਈ ਨਹੀਂ, ਆ ਲੈਣ ਦੇ, ਵੇਖ ਲੈਂਦੇ ਹਾਂ ਫਿਰ। ਠੀਕ। ਹੋ ਗਈ ਤਿਆਰ ਮੰਮੀ, ਚੱਲੀਏ? ਆਹੋ ਚੱਲ, ਨਾਲੇ ਮੇਰੀ ਗੱਲ ਸੁਣ ਮੁੰਡਿਆ। ਉੱਥੇ ਜਾ ਕੇ ਨਾ ਬਹੁਤਾ ਲੜਨ ਨਾ ਭਾਵੀਂ। ਮੈਂ ਗਈ ਸੀ ਨਾ ਇਕੱਲੀ, ਤੇ ਉਹਦੇ ਮਾਂ ਪਿਓ ਦੇ ਨਾਲ ਮੈਂ ਲੜਨ ਵਾਲੀ ਕੋਈ ਗੱਲ ਨਹੀਂ ਕੀਤੀ। ਠੰਡੇ ਸੁਭਾਅ ਨਾਲ ਗੱਲ ਕਰੀ। ਜੇ ਉਹਦਾ ਪਿਓ ਜ਼ਿਆਦਾ ਬੋਲਿਆ ਨਾ, ਤੇ ਫਿਰ ਤਾਂ ਮੈਨੂੰ ਵੀ ਬੋਲਣਾ ਹੀ ਪੈਣਾ ਹੈ। ਨਾ ਨਾ, ਤੂੰ ਨਹੀਂ ਬੋਲਣਾ ਬਿਲਕੁਲ ਵੀ। ਤੇ ਮੰਮੀ ਇੱਦਾਂ ਤਾਂ ਫਿਰ ਸੰਦੀਪ ਨੇ ਬਹੁਤੀ ਭੂਏ ਚੜ੍ਹ ਜਾਣਾ ਆ, ਅਸੀਂ ਤਾਂ ਉਹਨਾਂ ਦੇ ਥੱਲੇ ਲੱਗ ਜਾਣਾ ਆ। ਤੂੰ ਇਹ ਫਿਕਰ ਨਾ ਕਰ, ਮੈਂ ਉਹਨੂੰ ਭੂਏ ਨਹੀਂ ਚੜ੍ਹਨ ਦਿੰਦੀ, ਹੈਗੀ ਮੇਰੇ ਕੋਲ ਇੱਕ ਸਕੀਮ। ਚੱਲ ਫਿਰ, ਜੇ ਤੇਰੇ ਕੋਲ ਸਕੀਮ ਹੈਗੀ ਆ ਨਾ, ਤੇ ਮੈਂ ਤੇਰੇ ਨਾਲ ਆ। ਚੱਲ ਆਪਾਂ ਕੁੜੀ ਲੈਣ ਚੱਲੇ ਆ, ਲੜਨ ਨਹੀਂ ਚੱਲੇ। ਚੱਲ ਆ ਜਾ ਫਿਰ। ਮੁੰਡਿਆ, ਪਿਛਲੀ ਵਾਰੀ ਮੈਂ ਖਾਲੀ ਹੱਥ ਚੱਲ ਗਈ ਸੀ, ਤੇ ਲੱਗਦਾ ਉਹਦਾ ਪਿਓ ਤਾਂ ਹੀ ਗੁੱਸੇ ਹੋ ਗਿਆ। ਐਰ ਕੀ ਪਤਾ ਕੀ ਕਰੀਏ, 2 ਕਿਲੋ ਕੇਲੇ ਲੈ ਜਾਈਏ, ਇੰਨੇ 'ਚ ਉਹਨੇ ਖੁਸ਼ ਹੋ ਜਾਣਾ। ਠੀਕ ਆ, ਕੋਈ ਨਹੀਂ ਮੰਮੀ, ਲੈ ਜਾਵਾਂਗੇ, ਆ ਜਾ। ਬਹੁਤੀ ਗੱਲ ਨਾ ਉੱਥੇ ਕਰੀ। ਉਹ ਨਹੀਂ ਕਰਦਾ। ਮੰਮੀ ਤੂੰ ਫਿਰ ਉੱਧਰ ਬੱਸ 'ਤੇ ਆ ਜਾਈ, ਸੰਦੀਪ ਨੂੰ ਮੈਂ ਮੋਟਰਸਾਈਕਲ 'ਤੇ ਲਿਆਊਂਗਾ। ਆਹੋ ਚੱਲ ਕੋਈ ਨਹੀਂ, ਮੈਂ ਬੱਸ 'ਤੇ ਆ ਜਾਵਾਂਗੀ, ਤੁਸੀਂ ਆ ਜਾਓ ਦੋਵੇਂ ਜਾਣੇ। ਠੀਕ ਆ। ਮੰਮੀ ਆਹ ਵੇਖ ਲੈਣਾ ਤੇ ਕੰਮ, ਗੱਡੀ ਜਾਣ ਕੇ ਘਰ ਦੇ ਬਾਹਰ ਖਿਲਾਰੀ ਆ ਸਾਨੂੰ ਸਾੜਨ ਵਾਸਤੇ। ਚੁੱਪ ਕਰ, ਮੈਂ ਤੈਨੂੰ ਘਰੋਂ ਕੀ ਕਿਹਾ ਸੀ ਵੀ ਬੋਲੀ ਨਾ ਉੱਥੇ, ਆ ਜਾ। ਮੰਮੀ ਜੇ ਤੂੰ ਕਹਿੰਦੇ 2-3 ਝਰੀਟਾਂ ਪਾ ਦਾਂ। ਜੇ ਰਹਿਣ ਤੇ, ਚੁੱਪ ਕਰ, ਉਹਨਾਂ ਦੇ ਕੈਮਰੇ ਲੱਗੇ ਹੀ ਹੋ, ਆ ਜਾ।
ਬੈਠੋ ਤੁਸੀਂ, ਪਾਣੀ ਲਿਆਉਂਦੀ ਮੈਂ। ਇੱਦਾਂ ਕਿਤੇ ਨਿਖਾਰ ਕੇ ਦੱਸਿਆ, ਭੈਣ ਜੀ ਕਿਲੋ ਅਨਾਰ ਜੇ ਅਤੇ 2 ਕਿਲੋ ਕੇਲੇ ਜੇ, ਜਿੱਦਾਂ ਅਸੀਂ ਕਿਤੇ ਕੇਲੇ ਅਤੇ ਅਨਾਰ ਨਹੀਂ ਵੇਖੇ। ਕੁੜੀ ਵਿਚਾਰੀ ਨੂੰ ਤਾਂ ਉੱਥੇ ਕਦੇ ਕੱਖ ਲਿਆ ਕੇ ਨਹੀਂ ਦਿੰਦੇ, ਭੁੱਖੀ ਮਾਰ ਛੱਡੀ ਉੱਥੇ ਇਹਨਾਂ ਨੇ। ਇੱਥੇ ਬੜੀ ਫੁੱਲ ਫੁੱਲ ਕੇ ਲਿਆਈ ਆ, ਇੱਦਾਂ ਭਲਾ ਕੌਣ ਦੱਸਦਾ ਹੁੰਦਾ ਵਾ। ਇਹ ਨਵੀਂ ਵੇਖੀ ਆ ਵਿਚਾਰੀ, ਦੱਸ ਕੇ ਆਹ ਲੈ ਲਓ ਭੈਣ ਜੀ ਕੇਲੇ ਅਤੇ ਅਨਾਰ। ਆ ਜਾਓ ਉੱਧਰ ਡਰਾਇੰਗ ਰੂਮ 'ਚ, ਆ ਗਏ ਜੀ ਮਾਂ ਪੁੱਤ। ਆ ਲਓ ਪਾਣੀ ਪੀ ਲਓ। ਭੈਣ ਜੀ ਸੰਦੀਪ ਕਿੱਥੇ ਆ, ਲੱਭਣ ਹੀ ਨਹੀਂ। ਆ ਜਾਂਦੀ ਭੈਣ ਜੀ ਸੰਦੀਪ ਵੀ। ਮੰਮੀ ਨੂੰ ਵੀ ਮੈਂ ਹੀ ਭੇਜਿਆ ਸੀ ਭਾਜੀ। ਮੈਂ ਤੁਹਾਨੂੰ ਦੱਸਦੀ ਆ, ਮੈਂ ਤੇ ਇਹਨੂੰ ਲੈ ਕੇ ਆਉਣਾ ਸੀ ਉਦਣ, ਪਰ ਇਹ ਚਲ ਗਿਆ ਕੰਮ, ਇਹ ਜਲੰਧਰ ਚਲ ਗਿਆ। ਮੈਂ ਤੁਹਾਨੂੰ ਉੱਧਰ ਵੀ ਦੱਸਿਆ ਸੀ ਨਾ, ਅਤੇ ਮੈਂ ਸੋਚਿਆ ਕੀ ਪਤਾ ਇਹਨੂੰ 2 ਦਿਨ ਲੱਗਣੇ ਕਿ 3 ਦਿਨ ਲੱਗਣੇ, ਅਤੇ ਮੈਨੂੰ ਤਾਂ ਇਕੱਲੀ ਨੂੰ ਨਾ ਘਰ ਸੁਣਨਾ ਲੱਗੇ, ਵਿਹੜਾ ਵੱਢ ਵੱਢ ਖਾਵੇ। ਅਤੇ ਮੈਂ ਆਈ ਤਾਂ ਕਰਕੇ ਵੀ ਮੈਂ ਆਪਣੀ ਧੀ ਨੂੰ ਫਟਾਫਟ ਪਹਿਲੇ ਲਿਆਵਾਂ ਘਰ, ਅਤੇ ਤੁਸੀਂ ਤਾਂ ਮੇਰੇ ਐਵੇਂ ਮਗਰ ਪੈ ਗਏ। ਇਹ ਤਾਂ ਜੀ ਆਇਆ ਸੀ ਘਰ ਅਤੇ ਕਿਤੇ ਪਾਣੀ ਵੀ ਨਹੀਂ ਪੀਤਾ, ਅਤੇ ਮੈਂ ਕਿਹਾ ਵੀ ਕਾਕਾ ਪਹਿਲੇ ਆਪਣੀ ਨੂੰਹ ਨੂੰ ਘਰ ਲਿਆਈਏ, ਅਤੇ ਮੈਂ ਤਾਂ ਇਹਨੂੰ ਭਾਜੀ ਉੱਦਾਂ ਹੀ ਲੈ ਕੇ ਅਤੇ ਆ ਗਈ ਫਟਾਫਟ। ਚਲੋ ਕੋਈ ਨਹੀਂ ਭੈਣ ਜੀ, ਅਸੀਂ ਵੀ ਤਾਂ ਇਹੋ ਚਾਹੁੰਦੇ ਹਾਂ ਵੀ ਇਹਨਾਂ ਦਾ ਘਰ ਵੱਸਦਾ ਰਹੇ। ਇਹ ਕਿਹੜਾ ਗੁੱਡੀ ਗੁੱਡੀ ਦਾ ਖੇਡ ਆ ਵੀ ਬਣਾ ਤਾ ਅਤੇ ਢਾ ਤਾ, ਖੁਸ਼ੀ ਖੁਸ਼ੀ ਰਹਿਣ ਆਪਣੇ ਘਰ। ਹਾਂਜੀ ਹਾਂਜੀ ਭਾਜੀ, ਮੈਂ ਵੀ ਤਾਂ ਇਹੋ ਹੀ ਚਾਹੁੰਦੀ ਹਾਂ ਵੀ ਮੇਰੇ ਬੱਚੇ ਖੁਸ਼ ਰਹਿਣ, ਤੁਹਾਨੂੰ ਪਤਾ ਅੱਗੇ ਅਸੀਂ ਕਿੰਨੇ ਕੁ ਜੀ ਹਾਂ। ਕੋਈ ਨਹੀਂ ਭੈਣ ਜੀ, ਤੁਸੀਂ ਮਾਂ ਪੁੱਤ ਆਏ ਜੋ ਹੁਣ, ਅਤੇ ਅਸੀਂ ਭੇਜ ਦਿੰਦੇ ਹਾਂ ਕੁੜੀ ਨੂੰ, ਪਰ ਜਿਹੜੀਆਂ ਗੱਲਾਂ ਤੁਸੀਂ ਕਰਦੇ ਰਹੇ ਨਾ ਅੱਗੇ, ਉਹ ਹੁਣ ਉਹੋ ਜਿਹੀ ਕੋਈ ਨਹੀਂ ਇਹਦੇ ਨਾਲ ਗੱਲ ਹੋਣੀ ਚਾਹੀਦੀ। ਇਹਨੂੰ ਆਪਣੀ ਧੀ ਬਣਾ ਕੇ ਰੱਖਿਓ, ਦੁਖੀ ਨਾ ਹੋਵੇ ਉੱਥੇ। ਲੈ ਭੈਣ ਜੀ ਕਿਹੋ ਜਿਹੀਆਂ ਗੱਲਾਂ ਕਰਨ ਡੇ ਜੇ ਤੁਸੀਂ, ਅਸੀਂ ਤਾਂ ਪਹਿਲੇ ਵੀ ਨਹੀਂ ਕੁਛ ਕਹਿੰਦੇ, ਪਰ ਫਿਰ ਵੀ ਜੇ ਸੰਦੀਪ ਨੂੰ ਲੱਗਦਾ ਵੀ ਮੇਰੇ ਨਾਲ ਕੋਈ ਊਚ ਨੀਚ ਹੁੰਦਾ, ਤਾਂ ਤੁਹਾਡੀ ਧੀ ਨੂੰ ਅੱਜ ਤੋਂ ਅਸੀਂ ਕੁਛ ਵੀ ਨਹੀਂ ਕਹਿੰਦੇ। ਠੀਕ ਆ ਭੈਣ ਜੀ, ਜੇ ਤੁਸੀਂ ਇੰਨੀ ਗੱਲ ਕਹਿਤੀ ਹੈ ਨਾ, ਬਹੁਤ ਚੰਗੀ ਗੱਲ, ਕਿਉਂਕਿ ਘਰ 'ਚੋਂ ਵੱਡੇ ਤੁਸੀਂ ਆ।
ਸਾਰੀ ਜ਼ਿੰਮੇਵਾਰੀ ਤੁਹਾਡੀ ਵੀ ਬਣਦੀ ਹੈ। ਬਾਕੀ ਕਾਕਾ ਤੂੰ ਦੇ, ਅਸੀਂ ਤੇਰੇ ਨਾਲ ਭੇਜਣ ਲੱਗਿਆ ਸੰਦੀਪ ਨੂੰ। ਬਾਕੀ ਕਿਸੇ ਵੀ ਚੀਜ਼ ਦੀ ਇਹਨੂੰ ਜ਼ਰੂਰਤ ਪੈਂਦੀ ਆ ਅਤੇ ਉਹਦੀ ਜ਼ਿੰਮੇਵਾਰੀ ਤੇਰੀ ਆ। ਪਹਿਲਾਂ ਵਾਂਗੂ ਨਹੀਂ ਤੂੰ ਮੋਬਾਈਲ ਟੁੱਟ ਗਿਆ ਤਾਂ ਤੇਰੀ ਤਨਖਾਹ ਹੋਊਗੀ ਅਤੇ ਫੇਰ ਰਿਪੇਅਰ ਕਰਾ ਕੇ ਦੇਵਾਂਗੇ। ਜੇ ਉਹ ਨੌਕਰੀ ਕਰਕੇ ਘਰ ਦੇ ਖਰਚੇ ਵਿੱਚ ਤੇਰਾ ਹੱਥ ਵੰਡਾ ਸਕਦੀ ਹੈ ਅਤੇ ਤੇਰਾ ਵੀ ਫਰਜ਼ ਬਣਦਾ ਉਹਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਜ਼ਰੂਰਤਾਂ ਉਹ ਪੂਰੀਆਂ ਕਰੇ। ਹਾਂਜੀ ਹਾਂਜੀ ਡੈਡੀ ਜੀ, ਕੋਈ ਗੱਲ ਨਹੀਂ, ਅੱਗੇ ਤੋਂ ਮੈਂ ਇਹਨਾਂ ਗੱਲਾਂ ਦਾ ਖਿਆਲ ਰੱਖੂੰਗਾ। ਭਾਅ ਜੀ, ਜਦੋਂ ਮੈਂ ਤੁਹਾਨੂੰ ਕਹਿਤਾ ਵੀ ਤੁਹਾਡੀ ਕੁੜੀ ਨੂੰ ਅਸੀਂ ਕੁਛ ਨਹੀਂ ਕਹਿੰਦੇ, ਤੁਸੀਂ ਮੇਰੇ 'ਤੇ ਭਰੋਸਾ ਰੱਖੋ, ਬਸ ਸੰਦੀਪ ਨੂੰ ਬੁਲਾਓ, ਉਹ ਵੀ ਆਪਣੇ ਘਰ ਜਾਵੇ। ਠੀਕ ਆ ਭੈਣ ਜੀ, ਬੁਲਾ ਦਿੰਦੇ ਹਾਂ। ਜਾ ਨਿਰਮਲ, ਸੰਦੀਪ ਨੂੰ ਕਹਿ ਤਿਆਰ ਹੋ ਜੇ ਅਤੇ ਨਾਲੇ ਚਾਹ ਪਾਣੀ ਦਾ ਕਰ ਬੰਦੋਬਸਤ। ਲੈ ਮੰਮੀ, ਮਨ ਤਾਂ ਗਏ ਹੀ ਹੋ ਅਤੇ ਪਰ ਇੱਕ ਗੱਲ ਨੋਟ ਕੀਤੀ ਤੂੰ, ਆਕੜ ਵੇਖ ਲਾ ਸੰਦੀਪ ਦੀ, ਪਤਾ ਵੀ ਆ ਵੀ ਆਏ ਆ, ਬਾਹਰ ਤੱਕ ਨਹੀਂ ਆਈ ਕਿਤੇ ਮਿਲਣ। ਚੁੱਪ ਕਰ, ਆਕੜ ਉਹਨੇ ਵਿਖਾਉਣੀ ਨਹੀਂ ਆ, ਉਹ ਕਹਿੰਦੇ ਹੁੰਦੇ ਆ ਨਾ ਵੀ ਆਪਣੇ ਘਰ 'ਤੇ ਕੁੱਤਾ ਵੀ ਸ਼ੇਰ ਹੁੰਦਾ ਆ। ਚੱਲ ਕੋਈ ਨਹੀਂ, ਜਾਣਾ ਤਾਂ ਉੱਥੇ ਹੀ ਆ,